ਅੱਜ ਤੇਰੇ ਭਰਾ ਸਾਹਮਣੇ ਆਫਰਾਂ ਪਈਆਂ ਨੇਗੀਆਂ ਵੀ ਤੂੰ ਇੱਥੇ ਲੋਕ ਸਭਾ ਇਲੈਕਸ਼ਨ ਲੜ ਲੈ ਆਸਮਰੂਰ ਤੋਂ ਲੋਕ ਸਭਾ ਇਲੈਕਸ਼ਨ ਲੜ ਲੈ ਲੜਨ ਨੂੰ ਹੁਣ ਫਰਜ਼ ਕਰੂ ਮੈਂ ਕਾਂਗਰਸ ਪਾਰਟੀ ਜਾਣਾ ਕਾਂਗਰਸ ਪਾਰਟੀ ਦੀ ਆਫਰ ਆਈ ਆ ਇਹ ਝਾੜੂ ਵਾਲਿਆਂ ਦੀ ਦੂਜੇ ਬੰਦੇ ਥਰੂ ਆਈ ਆ ਜਿਹੜੇ ਮੈਂ ਨਾਮ ਲੈ ਕੇ ਦੱਸ ਦੂੰਗਾ ਵੀ ਵੀ ਭਾਣੇ ਨੂੰ ਸੇ ਇੱਥੋਂ ਲੜਾ ਦਿੰਦੇ ਝਾੜੂ ਵਾਲੇ ਕਹਿੰਦੇ ਲੜਾਉ ਨੂੰ ਤਿਆਰ ਆ ਖੁਦ ਸੀ ਆਉਂਦਾ ਮੈਸੇਜ ਸੁਨੇਹਾ ਆਇਆ ਤੁਹਾਨੂੰ ਲੜਾ ਹਾਂ ਹਾਂ ਇੱਥੋਂ ਮੈਂ ਦੱਸ ਦੂੰਗਾ ਵੀ ਕਿਦਾਂ ਸਟਾਰਟ ਹੋਇਆ ਪਰ ਮੈਂ ਰੱਖ ਦੂੰਗਾ ਜੇ ਗੱਲ ਇਹ ਕੋਈ ਮੁਨਕਰ ਹੋਵੇ ਤਾਨੂੰ ਸੀਐਮ ਕਹਦੇ ਵੀ ਤਾਨੂੰ ਹਾਂ ਕਿਤੇ ਸੁਣਿਆ ਵੀ ਜੇ ਮੈਂ 9 ਦੱਸ ਦੂੰ ਵੀ ਕਿਦਾਂ 9 ਥਰੂ ਕਿਹਾ ਮੈਂ ਇਹਨਾਂ ਦੇ ਇਹਨਾਂ ਦੇ ਵਿੱਚ ਜਾ ਕੇ ਲੜਦਾ ਇਹਨਾਂ ਦੀ ਜਾ ਕੇ ਲੋਕ ਸਭਾ ਦਾ ਪਾਰਲੀਮੈਂਟ ਮੈਂਬਰ ਬਣਿਆ ਪਰ ਕੀ ਫਿਰ ਇਸ ਤੋਂ ਬਾਅਦ ਮੈਂ ਖੁੱਲ ਕੇ ਆਪਣੇ ਲੋਕਾਂ ਦੀ ਗੱਲ ਕਰ ਸਕਦਾ ਕੀ ਮੈਂ ਆਪਣੇ ਲੋਕਾਂ ਲਈ ਲੜ ਸਕਦਾ ਇਹ ਤਾਂ ਕਹਿਣਗੇ ਸਾਡੀ ਪਾਰਟੀ ਮੁਤਾਬਕ ਚੱਲ ਗੱਲ 'ਚ ਜੋ ਵਟਾ ਪਾਇਆ ਉਵੇਂ ਚੱਲ ਲੜਾਈ ਤਾਂ ਇਸ ਚੀਜ਼ ਦੀ ਆ ਕਿ ਯਾਰ ਤੁਸੀਂ ਖੜਨ ਨੂੰ ਪਿਆਰ ਨਹੀਂ ਲੋਕਾਂ ਦੇ ਕੰਮ ਕਰਨ ਨੂੰ ਪਿਆਰ ਨਹੀਂ ਹੁਣ ਦਿੱਲੀ ਦੇ ਤੇ ਉਹ ਮੇ ਉਹ ਕਰਕੇ ਉਹਨਾਂ ਦੀ ਝਾੜੂ ਪੋਚੋ ਨੇ ਤਲਬ ਚੜ ਕੇ ਜਦੋਂ ਮਰਜ਼ੀ ਮਨਿਸਟਰ ਬਣ ਜਾਓ ਹੂੰ ਜਦੋਂ ਮਰਜ਼ੀ ਸੂਕੁਰਸੀਆਂ ਲੈ ਲਓ ਰੌਲਾ ਤਾਂ ਲੋਕਾਂ ਦਾ ਨਾ ਰੌਲਾ ਤਾਂ ਲੋਕਾਂ ਦੇ ਹੱਕਾਂ ਦਾ ਰੌਲਾ ਤਾਂ ਜਿਹੜੀ ਜ਼ੁਲਮ ਹੋ ਰਿਹਾ ਉਸ ਚੀਜ਼ ਦਾ ਜ਼ੁਲਮ ਆ ਵੀ ਉਸ ਨੂੰ ਕੋਈ ਤੁਸੀਂ ਬੰਦ ਕਰ ਸਕਦੇ ਹੋ ਕੀ ਤੁਸੀਂ ਖੜ ਕੇ ਪੰਜਾਬ ਦੀ ਗੱਲ ਕਰ ਸਕਦੇ ਹੋ ਕੀ ਤੁਸੀਂ ਹੁਣ ਖੜ ਕੇ ਡਟ ਕੇ ਪਾਰਲੀਮੈਂਟ ਦੇ ਵਿੱਚ ਗੱਲ ਕਹੋ ਜੋ ਪੰਜਾਬ ਦੇ ਹੱਕ ਨੇ ਪਹਿਲੀ ਗੱਲ ਪੰਜਾਬ ਦਾ ਪਾਣੀ ਫ੍ਰੀ ਦੇ ਵਿੱਚ ਵਗ ਗਿਆ ਅੱਜ ਪੰਜਾਬ ਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਐ ਅੱਜ ਹੁਣ ਤਾਜ਼ਾ ਮੁੱਦੇ ਦੀ ਗੱਲ ਕਰ ਲਾ ਹੁਣ ਪਾਰਲੀਮੈਂਟ ਸੈਸ਼ਨ ਚੱਲਿਆ ਕੀ ਉੱਥੇ ਤੂੰ ਜਨਾਨੀਆਂ ਵਾਂਗੂ ਲੜ ਕੇ ਆਗੇ ਕੀ ਕੋਈ ਮੁੱਦੇ ਦੀ ਗੱਲ ਹੋਈ ਜਾਂ ਮੁੱਦੇ ਕੀ ਨੇ ਸਾਡੇ ਸਭ ਤੋਂ ਪਹਿਲਾ ਮੁੱਦਾ ਉੱਥੇ ਵਿਚਾਰਨ ਵਾਲਾ ਕੀ ਸੀਗਾ ਪਹਿਲਾਂ ਸਾਡੇ ਸੀਐਮ ਨੇ ਇਹ ਗੱਲ ਕਹੀ ਮੈਂ 30 ਦੇ 30 ਫਸਲਾਂ ਦੇ ਐਮਐਸਪੀ ਦੂੰ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਐ ਇਹਦੇ ਨਾਲ ਕਿਸਾਨੀ ਚੱਲਦੀ ਐ ਇਹ ਨਾਲ ਮਜ਼ਦੂਰੀ ਚੱਲਦੀ ਐ ਖੇਤੀ ਤੋਂ ਬਿਨਾ ਅਸੀਂ ਮਣਕਰ ਹੋ ਹੀ ਨਹੀਂ ਸਕਦਾ ਪੰਜਾਬ ਪੂਰੀ ਦੁਨੀਆ ਦੀ ਗੱਲ ਕਰ ਲੈ ਵਾਟੋ ਚਾਹੁੰਦੀ ਕੀ ਆ ਵਾਟੋ ਕਹਿੰਦੀ ਕੀ ਆ ਦੁਨੀਆ ਦੇ ਜਿਹੜੇ ਵਰਲਡ ਜਿਹੜੇ ਬਿਜ਼ਨਸ ਵਪਾਰੀ ਕਾਰਪੋਰੇਟ ਘਰਾਣੇ ਚਾਹੁੰਦੇ ਕੀ ਨੇ ਕਹਿੰਦੇ ਵੀ ਖੇਤੀ ਆ ਜਿਹੜੀ ਅਨਾਜ ਆ ਜਿਹੜਾ ਇਹਦੇ ਬਣਾ ਨਹੀਂ ਸਰ ਸਕਦਾ ਹਮਮ ਕੁੱਲ ਚੀਜ਼ ਬਣਾ ਸਰ ਸਕਦੇ ਫੈਕਟਰੀਆਂ ਇੰਡਸਟਰੀਆਂ ਕੁੱਲ ਚੀਜ਼ ਬਣਾ ਸਰ ਸਕਦਾ ਢਿੱਡ ਤਾਂ ਆਪਾਂ ਇੱਥੋਂ ਹੀ ਭਰਾਂਗੇ ਨਾ ਰਾਲਾ ਤਾਂ ਅਨਾਜ ਹੀ ਆ ਅਨਾਜ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੁੰਦਾ ਜੇ ਪੰਜਾਬ ਦੀ ਕਿਸਾਨੀ ਨੂੰ ਉੱਪਰ ਚੱਕਿਆ ਜਾਵੇ ਕਿਸਾਨ ਨੂੰ ਉੱਪਰ ਚੁੱਕਣ ਦੇ ਨਾਲ ਅੱਜ ਸਾਡੇ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਮਿਲੂ ਸਾਡੇ ਕਿਸਾਨਾਂ ਨੂੰ ਵੀ ਰੋਜ਼ਗਾਰ ਮਿਲੂ ਹਮਮ ਉੱਥੇ ਕੋਈ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਨਹੀਂ ਵਿਚਾਰਿਆ ਗਿਆ। ਇੱਕ ਮੀਣੋ ਮੀਣ ਇੱਕ ਦੂਸਰੇ ਨਾਲ ਹੋ ਕੇ ਮੁੜਿਆ। ਹੂੰ ਪਹਿਲਾਂ ਹੀ ਆਏ ਮੈਂ ਤਾਲਾ ਲੈ ਕੇ ਆਇਆ ਮੈਂ ਇਹ ਲੈ ਕੇ ਆਇਆ ਮੈਂ ਕਹਿੰਦਾ ਤੁਹਾਡੇ ਕੋਲੇ 92 ਐਮਐਲ ਨੇ ਉਹ ਬਾਹਰ ਵਾ ਕੇ ਜਾਣ ਦੇ ਉਹਨਾਂ ਨੂੰ ਜਾਣ ਦਿਓ। ਹੂੰ ਤੁਸੀਂ ਪਹਿਲਾਂ ਮਤਾ ਲੈ ਕੇ ਆਓ ਕਿ ਜੋ ਸਾਡੇ ਪੰਜਾਬ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਕੀਤਾ ਕਿਸਾਨਾਂ ਦੇ ਉੱਪਰ ਕੀਤਾ ਸਾਬਰ ਸਾਹਮਣੇ ਦਾ ਮਤਾ ਪਾਓ ਕਿ ਕਿਸਾਨਾਂ ਦੇ ਉੱਪਰ ਤਸ਼ਾਦਦ ਕਿਉਂ ਕੀਤਾ। ਹੂੰ ਇਸ ਤੇ ਵਿਚਾਰ ਚਰਚਾ ਆਪਦੇ 92 ਐਮਐਲ ਕਰਦੇ। ਹੂੰ ਇਹ ਪੰਜਾਬ ਦੇ ਨਾਲ ੱੱੱਕਾ ਕਿਉਂ ਹੋ ਰਿਹਾ? ਹੂੰ ਇੱਕ ਸਾਡਾ ਸ਼ੁਭਕਰਨ ਅਸੀਦ ਕੀਤਾ ਨੌਜਵਾਨ ਗੋਲੀ ਮਾਰ ਕੇ ਅਸੀਦ ਕੀਤਾ ਦੱਸੋ ਪੁਲਿਸ ਅਣਫਸਾਤੀ ਕਿਵੇਂ ਹੋ ਗਈ ਉਸ ਤੇ ਤੇ ਮੁੱਦਾ ਵਿਚਾਰਨ ਵਾਲਾ ਸੀਗਾ ਮੁੱਦਾ ਵਿਚਾਰਨ ਵਾਲਾ ਪੰਜਾਬ ਦਾ ਜਿਹੜਾ ਹੋਇਆ ਕਰਜ਼ਾ ਉਸ ਤੇ ਵਿਚਾਰਨ ਵਾਲਾ ਜੋ ਤੁਸੀਂ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੇ ਹੋ ਪੰਜ ਪੰਜਾਬ ਦੇ ਲਈ ਤੁਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਲਈ ਜਿਹੜੇ ਦੋ ਤਿੰਨ ਮੇਨ ਕੰਮ ਕਰਨ ਵਾਲੇ ਨੇ ਪੰਜਾਬ ਦਾ ਪਾਣੀ ਫਰੀ ਦੇ ਵਿੱਚ ਜਾ ਰਿਹਾ ਉਹ ਤੇ ਮੁੱਦੇ ਤੇ ਗੱਲ ਹੁੰਦੀ ਕਿ ਉਹਦਾ ਆਪਾਂ ਪੰਜਾਬ ਅੱਜ ਕਰਦੇ ਦੀ ਪੰਡ ਐਨੀ ਚੜੇ ਪਿਆ ਪੰਜਾਬ ਜਮੇ ਆਪਾਂ ਉਹਨਾਂ ਜਿਹੜੇ ਸਟੇਟਾਂ ਤੋਂ ਪੈਸਾ ਲਈਏ ਉਸ ਪਾਣੀ ਤੇ ਗੱਲ ਹੁੰਦੀ ਗੱਲ ਕਰਨ ਵਾਲੀ ਜਿਹੜੀ ਅਗਲਾ ਜਿਹੜਾ ਕੋਈ ਜਿਹੜਾ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਕੋਈ ਆ ਕੇ ਜ਼ਮੀਨ ਖਰੀਦਦਾ ਅਸੀਂ 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 ਜਾ ਕੇ ਕਿਤੇ ਆਪਣਾ ਹਿਮਾਚਲ ਜ਼ਮੀਨ ਖਰੀਦ ਕੇ ਦਿਖਾਓ ਰਾਜਸਥਾਨ ਦੇ ਵਿੱਚ ਜ਼ਮੀਨ ਖਰੀਦ ਕੇ ਦਿਖਾਓ ਪੰਜਾਬ ਦੀ ਜ਼ਮੀਨ ਬਚਾਉਣ ਵਾਲੀ ਹੈ ਸਵਾਮੀ ਰਾਧਨ ਰਿਪੋਰਟ ਦੇ ਵਿੱਚ ਕੀ ਹੈ ਸਵਾਮੀ ਨਾਥਨ ਕੀ ਕਹਿੰਦਾ ਸਵਾਮੀ ਨਾਥਨ ਇਹ ਗੱਲ ਕਹਿੰਦਾ ਵੀ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਕੱਟੀ ਜਾਂਦੀ ਹੈ ਹੂੰ ਜੇ ਫੈਕਟਰੀਆਂ ਡਰੈਸਟੀਆਂ ਲਾਉਣੀਆਂ ਨੇ ਤਾਂ ਹੋਰ ਜਾ ਕੇ ਧਰਤੀ ਤੇ ਲਾ ਲਓ ਉਹ ਜਿਹੜੀ ਅਪਜਾਊ ਜ਼ਮੀਨਾਂ ਉਹਨੂੰ ਜ਼ਮੀਨ ਨੂੰ ਕਿਉਂ ਖਰਾਬ ਕਰ ਰਹੇ ਹੋ ਇਹ ਹੀ ਗੱਲ ਅਸੀਂ ਕਿਸਾਨ ਚਾਹੁੰਨੇ ਆ ਇਹ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਆ ਕੇ ਤੇ ਫੈਕਟਰੀ ਚੜ ਦਿੰਦਾ ਹ ਇਹ ਜਿਹੜੀ ਉੱਥੇ ਮਤਾ ਪਾਸ ਕਰਦੇ ਵੀ ਇੱਕ ਲੈ ਕੇ ਆਉਣ ਮਤਾ ਵੀ ਜਿਹੜੀ ਪੰਜਾਬ ਦੀ ਜ਼ਮੀਨ ਆ ਉਹ ਪੰਜਾਬ ਤੋਂ ਬਾਹਰ ਹੋਰ ਕੋਈ ਬੰਦਾ ਖਰੀਦ ਨਹੀਂ ਸਕਦਾ ਇਹ ਮਤਾ ਲੈ ਕੇ ਆਣ ਐਜੇ ਇਹੋ ਜਿਹੇ ਮਤੇ ਲੈ ਕੇ ਆਉਣ ਜਿਹੜੇ ਪੰਜਾਬ ਲਈ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਭਵਿੱਖਾ ਪੰਜਾਬ ਦਾ ਵਿਚਾਰ ਚਰਚਾ ਨਸ਼ੇ ਦੇ ਕਰਕੇ ਕਿਤੇ ਕੋਈ ਕਰਦੇ ਕਿਤੇ ਕੋਈ ਪ੍ਰਵਾਸ ਤੇ ਵਿਚਾਰ ਚਰਚਾ ਕਰਦੇ ਉੱਥੇ ਮੈਨੂੰ ਇੱਕ ਵੀ ਚੀਜ਼ ਦਿਖਾ ਦੇ ਬਜਟ ਦੇ ਵਿੱਚ ਜਿਹੜੇ ਇਹਨਾਂ ਨੇ ਚੋਣਾਂ ਤੋਂ ਪਹਿਲਾਂ 1000 ਰੁਪਏ ਵਾਲੀ ਗੱਲ ਕਰੀ ਸੀ ਉਹ ਪੂਰਾ ਕਰਿਆ ਦਿਖਾ ਦੇ ਪੰਜਾਬ ਦੇ ਜਮ ਜਿਹੜਾ ਤੁਸੀਂ ਕਰਜ਼ਾ ਚੜਾ ਰਹੇ ਹੋ ਉਹ ਕਰਜ਼ੇ ਨੂੰ ਉਤਾਰਨ ਵਾਲੀ ਗੱਲ ਦਿਖਾ ਦੇ ਕਾਜ ਤਾਂ ਵਧਦਾ ਜਾ ਰਿਹਾ ਉਹ ਵੀ ਤਾਂ ਸਾਰਾ ਕੁਝ ਹੋ ਜਾਂਦਾ ਉਹੀ ਗੱਲਾਂ ਜਿਹੜੇ ਫੋਕੀਆਂ ਗੱਲਾਂ ਉਹ ਕਰਦੇ ਸੀ ਉਹ ਤੁਸੀਂ ਕਰਦੇ ਕੋਈ ਪੰਜਾਬੀ ਮਾਂ ਬੋਲੀ ਲਈ ਮਤਲ ਲੈ ਕੇ ਆਓ ਮਤਲ ਲੈ ਕੇ ਆਓ ਸਾਡਾ ਸਭ ਤੋਂ ਵੱਡਾ ਇਤਿਹਾਸ ਅੱਜ ਇਤਿਹਾਸ ਨੂੰ ਸਾਡੀ ਭਾਜਪਾ ਖਤਮ ਕਰਨ ਨੂੰ ਫਿਰਦੀ ਆ ਕੋਈ ਪੰਜਾਬੀ ਮਾਂ ਬੁੱਲੀ ਤੇ ਆਪਦੇ ਚਰਚਾ ਕਰੋ ਵੀ ਸਾਡਾ ਇਤਿਹਾਸ ਕਿਵੇਂ ਖਤਮ ਹੋ ਰਿਹਾ ਕਰਦੇ ਨੌਜਵਾਨ ਤੇ ਵਿਚਾਰ ਚਰਚਾ ਕਰਦੇ ਡਿਬਰੂਗੜ੍ਹ ਦੇ ਜ਼ਿਲ੍ਹੇ ਵਿੱਚ ਬੈਠੇ ਨੇ ਅੱਜ ਮਰੀ ਜਾਂਦੇ ਨੇ ਉਹਦੀ ਮਾਂ ਮਰਨ ਵਰਤ ਤੇ ਬੈਠੀ ਆ ਉਹਦੀ ਉਹਦਾ ਮਾਂ ਪਿਓ ਬੱਠਾ ਉਸ ਤੇ ਕੋਈ ਵਿਚਾਰ ਚਰਚਾ ਹੋਈ ਵੀ ਕਿਵੇਂ ਜਿਹੜਾ ਉਹਨਾਂ ਤੇ ਐਨਐਸਏ ਲੱਗਿਆ ਉਹਨਾਂ ਤੇ ਅਸੀਂ ਕਿਵੇਂ ਐਨਐਸਏ ਤੜਵਾਉਣਾ ਤੇ ਕਿਵੇਂ ਉਹਨਾਂ ਨੂੰ ਪੰਜਾਬ ਦੇ ਜ਼ਿਲ੍ਹੇ ਚ ਲੈ ਕੇ ਆਉਣਾ ਜੰਮੇ ਜਾਏ ਪੰਜਾਬ ਦੇ ਮਰਨ ਜਾ ਕੇ ਡਿਬਰੂਗੜ੍ਹ ਦੇ ਜ਼ਿਲ੍ਹਿਆਂ ਦੇ ਵਿੱਚ ਉਹ ਕਿਤੇ ਉਸ ਤੇ ਵਿਚਾਰ ਚਰਚਾ ਹੋਈ ਐਡੀ ਵਿਚਾਰ ਚਰਚਾ ਕਰਨੀ ਬਣਦੀ ਆ ਉਬਸ ਉਹੀ ਗੱਲਾਂ ਉਹੀ ਬਾਤਾਂ ਮੈਂ ਲੋਕ ਲਿਆਏ ਮੈਂ ਆ ਲੈ ਬਾਈ ਉਹਨਾਂ ਨਾਲ ਕੋਈ ਪੰਜਾਬ ਦੇ ਲੋਕਾਂ ਸੀ ਉਹਨਾਂ ਨਾਲ ਤੇਰਾ ਕੋਈ ਮੁਕਾਬਲਾ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਣਾ ਅੱਜ ਤਾਂ ਉਹਨੂੰ ਹੰਕਾਰਤਾ ਉਹਦਾ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਖਤਮ ਨਹੀਂ ਹੋ ਹੂੰ ਤੂੰ ਆਪਣੀ ਗੱਲ ਦੱਸ ਵੀ ਤੁਸੀਂ ਕੀ ਕਰ ਰਹੇ ਹੋ ਪੰਜਾਬ ਲਈ ਹਰ ਇੱਕ ਗੱਲ ਉੱਥੇ ਲਿਆ ਕੇ ਖੜਾਉਣੀ ਸੁਖਵੀਰ ਬਾਦਲ ਨੂੰ ਪੰਜਾਬੀ ਚ ਚੰਡੀਗੜ੍ਹ ਨਹੀਂ ਲਿਖਣਾ ਆਉਂਦਾ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਚ ਪੰਜਾਬੀ ਪੰਜਾਬੀ ਚੰਡੀਗੜ੍ਹ ਨਹੀਂ ਲਿਖਣਾ ਆਉਂਦਾ ਆਪਣਾ ਬਾਜਵੇ ਨੂੰ ਚੰਡੀਗੜ੍ਹ ਨਹੀਂ ਲਿਖਣਾ ਆਉਂਦਾ ਹੋਰਾਂ ਨੂੰ ਯਾਰ ਸਾਡੇ ਨਾਲ ਆ ਕੇ ਗੱਲ ਕਰਾ ਜਾ ਪੰਜਾਬ ਇੱਧਰ ਗੱਲ ਕਰ ਤੈਨੂੰ ਕਿੰਨੇ ਕ ਪੰਜਾਬੀ ਹੁੰਦੇ ਤੁਸੀਂ ਕਿੰਨੇ ਕ ਪੰਜਾਬ ਨਾਲ ਖੜੇ ਹੋ ਹੂੰ ਦਿੱਲੀ ਦੀ ਗੱਠਪੁੱਤਲੀ ਬਣ ਕੇ ਸਾਨੂੰ ਐਵੇਂ ਜਿਕਰੂੰ ਲੁੱਟ ਕੇ ਤੁਹਾਡੇ ਤੁਹਾਡੇ ਜਿਹੜੇ ਆਪਣੇ ਉਹ ਕੀ ਆ ਉਹਦਾਂ ਨਾ ਉਹ ਉਹਦਾਂ ਨਾ ਗੋਰੇ ਦਾ ਨਾ ਰਾਗਵ ਚੱਡਾ ਰਾਗਵ ਚੱਡਾ ਹੋਇਆ ਦੂਸਰਾ ਸੰਦੀਪ ਪਾਟਕ ਹੋਇਆ ਕਿਸੇ ਟਾਈਮ ਜਿਵੇਂ ਮੁਗਲ ਇਸ ਭਾਰਤ ਨੂੰ ਲੁੱਟ ਕੇ ਲੱਗੇ ਜਾਂਦੇ ਤੁਸੀਂ ਤੁਹਾਡੇ ਆਸ ਟਾਈਮ ਦਿੱਲੀ ਵਾਲੇ ਐਵੇਂ ਪੈਸਾ ਲੁੱਟ ਲੁੱਟ ਕੇ ਲੈ ਕੇ ਜਾਈ ਜਾਂਦੇ ਨੇ ਕਿੱਥੋਂ ਪੰਜਾਬ ਦੇ ਵਿੱਚੋਂ ਤੁਹਾਡੇ 2-200 ਕਰੋੜ ਰੁਪਏ ਬਿਆਹ ਤੇ ਖਰਚ ਕਰ ਰਹੇ ਨੇ ਕਿੱਥੋਂ ਆ ਗਿਆ ਬਈ ਪੈਸਾ ਉਹ ਸਾਰੀ ਪੰਜਾਬ ਪੁਲਿਸ ਉੱਥੇ ਤੁਸੀਂ ਲਿਜਾ ਕੇ ਖੜਾ ਦਿੰਦੇ ਹੋ ਹੂੰ ਵਿਹਾਂ ਤੇ ਜਾ ਕੇ ਖੜਾ ਦਿੰਨੇ ਸਾਰਾ ਖਰਚਾ ਸਰਕਾਰੀ ਉੱਤੋਂ ਹੁੰਦਾ ਗੱਲ ਕਰਨੀ ਇਸ ਤੋਂ ਕਰੋ ਦਿੱਲੀ ਵਾਲੇ ਕਿਵੇਂ ਲੁੱਟ ਕੇ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਮੈਂ ਇੱਕ ਗੱਲ ਕਹਿਣਾ ਲੈ ਸੀਐਮ ਨੂੰ ਗੱਲ ਕਹਿਣਾ ਇੱਥੇ ਐ ਕਰ ਵੀ ਆਪਣਾ ਉਹਨੂੰ ਜਿਹੜਾ ਆਪਣਾ ਰਾਗਵ ਚੱਡਾ ਉਹਨੂੰ ਮੂਰੇ ਕਰ ਦੇ ਵੀ ਉਹਨੂੰ ਸੀਐਮ ਦਾ ਚਿਹਰਾ ਲਾਉਣਾ ਹੈ ਅਸੀਂ ਅਸੀਂ ਇਹਨੂੰ ਵੋਟ ਪਾ ਦੇ